ਅੱਜ ਮੈਂ ਤੁਹਾਨੂੰ 1899 ਦੇ ਲੰਡਨ ਬ੍ਰਿੰਗਮ ਸ਼ਹਿਰ ਦੀ ਬਣੀ ਹੋਈ ਵੇਟਿੰਗ ਮਸ਼ੀਨ ਦਿਖਾਉਣ ਜਾ ਰਹੇ ਹਾਂ ਜੀ। ਇਹ ਬਹੁਤ ਹੀ ਯੂਨੀਕ ਅਤੇ ਐਂਟਿਕ ਪੀਸ ਹੈ ਜੀ। ਇਸ ਦੀ ਖਾਸੀਅਤ ਇਹ ਹੈ, ਇਹ 1 ਕਿਲੋ ਤੋਂ ਲੈ ਕੇ 1000 ਕਿਲੋ ਦਾ ਵੇਟ ਬਹੁਤ ਹੀ ਆਸਾਨੀ ਨਾਲ ਨਾਪ ਦਿੰਦੀ ਹੈ ਅਤੇ ਇਹ ਅੱਜ ਵੀ ਪੂਰੀ ਵਰਕਿੰਗ ਕੰਡੀਸ਼ਨ ਦੇ ਵਿੱਚ ਇਸ ਦੀ ਅੱਜ ਵੀ ਵਰਤੋਂ ਕੀਤੀ ਜਾਂਦੀ ਹੈ। ਇਹ ਸ਼ਹਿਰ ਮੋਰਿੰਡਾ ਜ਼ਿਲ੍ਹਾ ਰੋਪੜ ਦੇ ਰੇਲਵੇ ਸਟੇਸ਼ਨ ਦੇ ਵਿੱਚ ਸਥਿਤ ਹੈ ਜੀ।